Hi friends welcome karde ha toda sara da tode apne youtube channel meet academy de utte ajj di video thode di bahut zyada important hon jae ya kafi sare candidates de comments sare sige ki 10th aur 12th de exams da schedule ki baneya tuhanu pata hai 10th de exams de liye announcement ehi kiti gayi si pre board de marks de hisab ne naal jediyan ohna nu promote kita jayega theek hai lekin ode waste vi 10th de kayi students de jinna nu nahi pata chal pa raha ki na kinna nu promote kita jana hai theek hai yani ki jinna ne kayi open ch kar reha aur kayi improvement li ya ohna da ki baneya ਉਹ ਵੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਦੱਸਾਂਗੀ ਔਰ 12th ਦਾ ਕੀ ਬਣੇਗਾ ਉਹ ਵੀ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਕਲੀਅਰ ਕਰਾਂਗੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਇਸੇ ਤਰ੍ਹਾਂ ਚਾਹੁੰਦੇ ਹੋ ਹਰ ਰਿਕਰੂਟਮੈਂਟ ਦੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਵੇ ਔਰ ਐਜੂਕੇਸ਼ਨ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਪੰਜਾਬ ਸਟੇਟ ਦੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਵੇ ਤਾਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬੈਲ ਆਈਕਨ ਤੁਸੀਂ ਦੇਖ ਸਕਦੇ ਆ ਇਹਨੂੰ ਜਰੂਰ ਦਬਾ ਲਵੋ ਇਹਦੇ ਨਾਲ ਤੁਹਾਨੂੰ ਫ੍ਰੀ ਦੇ ਵਿੱਚ ਨੋਟੀਫਿਕੇਸ਼ਨ ਆਉਂਦੇ ਰਹਿਣਗੇ ਜਦ ਵੀ ਮੈਂ ਤੁਹਾਡੇ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂ ਹੁਣ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ 10th ਔਰ ਨੂੰ ਪਤਾ ਹੈ ਪ੍ਰੀ ਬੋਰਡ ਦੇ ਸਾਹਮਣੇ ਉਹਨਾਂ ਨੇ ਕੀ ਪ੍ਰੋਮੋਟ ਕੀਤਾ ਜਾਣਾ ਉਹਦੇ ਨਾਲ ਕਾਫੀ ਜਿਹੜੇ ਸਟੂਡੈਂਟ ਆ ਖੁਸ਼ ਵੀ ਨੇ ਕੁਝ ਸਟੂਡੈਂਟ ਜਿਹੜੇ ਆ ਉਹ ਨਾ ਖੁਸ਼ ਵੀ ਨੇ ਜਿਹੜੇ ਕਿ ਟਾਪਰ ਬਨਣ ਦਾ ਆਪਣਾ ਇੱਕ ਡ੍ਰੀਮ ਲੈ ਕੇ ਚੱਲ ਰਹੇ ਸੀਗੇ ਤਾਂ ਆਪਾਂ ਬਰੀਫ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ 10ਵੀਂ ਦੇ ਪੇਪਰਾਂ ਦਾ ਕੀ ਹੈ ਔਰ 12ਵੀਂ ਦਾ ਕੀ ਬਨੇਗਾ ਕੀਤਾ ਜਾਣਾ ਹੈ ਔਰ 12ਵੀਂ ਦੇ ਇਗਜ਼ਾਮ ਦਾ ਕੀ ਬਣਿਆ ਕਿ ਆ ਪੇਪਰ ਸੱਚੀ ਹੋਣਗੇ ਜਾਂ ਉਹਨਾਂ ਨੂੰ ਵੀ ਪ੍ਰੋਮੋਟ ਕੀਤਾ ਜਾਊਗਾ ਸਾਰੇ ਕੋਸ਼ਨਾਂ ਦੇ ਅਨਸਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲਣਗੇ ਇਸੇ ਤਰ੍ਹਾਂ ਤੁਸੀਂ ਜਾਣਦੇ ਹੋ ਪੰਜਾਬ ਸਟੇਟ ਦੇ ਹਰ ਰਿਕਰੂਟਮੈਂਟ ਦੀ ਜਾਣਕਾਰੀ ਔਰ ਐਜੂਕੇਸ਼ਨ 10ਵੀਂ 12ਵੀਂ ਦੇ ਪੇਪਰਾਂ ਦੀ ਜਾਣਕਾਰੀ 10ਵੀਂ 12ਵੀਂ ਦੇ ਰਿਜ਼ਲਟ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਹੀ ਮਿਲ ਜਵੇ ਤਾਂ ਚੈਨਲ ਨੂੰ ਜਲਦੀ ਸਬਸਕ੍ਰਾਈਬ ਕਰ ਲਓ ਨਾਲ ਤੁਸੀਂ ਬੈਲ ਆਈਕਨ ਨੂੰ ਦੇਖ ਸਕਦੇ ਆ ਇਹਨੂੰ ਜਰੂਰ ਦਬਾ ਲਵੋ ਇਹਦੇ ਨਾਲ ਤੁਹਾਨੂੰ ਉਸੇ ਟਾਈਮ ਨੋਟੀਫਿਕੇਸ਼ਨ ਆ ਜਾਊਗਾ ਜਦ ਵੀ ਮੈਂ ਤੁਹਾਡੇ ਲਈ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੀ ਚਾ ਬਿਨਾਂ ਟਾਈਮ ਵੇਸਟ ਕੀਤੇ ਅੱਜ ਗੱਲ ਕਰਾਂਗੇ ਅੱਜ ਆਪਾਂ ਆਪਣੇ ਮੁੱਦੇ ਦੀ ਜਿਹੜੀ ਕਿ ਕਾਫੀ ਸਾਰੇ ਸਟੂਡੈਂਟਾਂ ਦੀ ਪਰੇਸ਼ਾਨੀ ਬਣਿਆ ਹੋਇਆ ਹੈ ਅੱਜ ਦਾ ਪਹਿਲਾ ਜਿਹੜਾ ਸਵਾਲ ਹੈ ਕਾਫੀ ਸਾਰੇ ਦੇ ਕਮੈਂਟਸ ਆ ਚੁੱਕੇ ਆ ਕਿ ਕੈਬਨਿਟ ਜਿਹੜੀ ਮੀਟਿੰਗ ਸਾਧਿਆ ਕੱਲ੍ਹ ਵੀ ਹੋ ਸਕਦੀ ਹੈ ਪਰਸੋ ਵੀ ਹੋ ਸਕਦੀ ਹੈ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਿੰਨੀ 10ਵੀਂ ਦੇ ਪੇਪਰਾਂ ਦਾ ਜਿਹੜੀ ਅਨਾਉਂਸਮੈਂਟ ਲਾਸਟ ਟਾਈਮ ਕੀਤੀ ਗਈ ਸੀ ਉਹ ਇਹੀ ਸੀਗੀ ਕਿ ਪ੍ਰੀ ਬੋਰਡ ਦੇ ਹਿਸਾਬ ਦੇ ਨਾਲ ਪ੍ਰੀ ਬੋਰਡ ਦੇ ਮਾਰਕਸ ਦੇ ਹਿਸਾਬ ਨਾਲ ਪ੍ਰੋਮੋਟ ਕੀਤਾ ਜਾਊਗਾ ਲੇਕਿਨ ਕਾਫੀ ਸਾਰੇ ਕੈਂਡੀਡੇਟਸ ਕਾਫੀ ਸਾਰੇ ਸਟੂਡੈਂਟ ਐ ਦਜੇ ਨਹੀਂ ਜਿਨ੍ਹਾਂ ਨੇ ਜਿਹੜੇ ਕਿ ਇੰਪਰੂਵਮੈਂਟ ਦੇ ਲਈ ਆ ਔਰ ਕੰਪਾਰਟਮੈਂਟ ਹੈ ਔਰ ਉਹਨਾਂ ਦੇ ਪ੍ਰੀ ਬੋਰਡ ਵੀ ਨਹੀਂ ਹੋਏ ਆ ਤੇ ਉਹਨਾਂ ਦਾ ਇੱਥੇ ਕੀ ਹੋਊਗਾ ਠੀਕ ਹੈ ਇਨਾਂ ਦੇ ਬਾਰੇ ਜਿਹੜੀ ਆ ਇਹ ਜਿਹੜੀ ਆਪਾਂ ਹੁਣ ਗੱਲ ਕਰ ਰਹੇ ਤਿੰਨੋਂ ਟੌਪਿਕ ਦੇ ਬਾਰੇ ਇਹੀ ਚਰਚਾ ਜਿਹੜੀ ਆ ਮੀਟਿੰਗ ਦੇ ਵਿੱਚ ਵੀ ਹੋਣ ਦੇ ਪੂਰੇ ਪੂਰੇ ਚਾਂਸਸ ਸੀਗੇ ਲੇਕਿਨ ਉਹਦੇ ਵਿੱਚ ਤੁਹਾਨੂੰ ਪਤਾ ਹੈ ਮੀਟਿੰਗ ਥੋੜੀ ਡਿਲੇ ਹੋ ਗਈ ਅੱਜ ਵੀ ਹੋ ਸਕਦੀ ਕੱਲ ਵੀ ਪਰਸੋਂ ਵੀ ਹੁਣ ਗੱਲਾਂ ਦੀ 12ਵੇਂ ਦੇ ਪੇਪਰਾਂ ਦੀ 12ਵੇਂ ਦੇ ਪੇਪਰਾਂ ਦੀ ਜਿਹੜੀ ਲੇਟੈਸਟ ਅਨਾਉਂਸਮੈਂਟ ਆ ਰਹੀ ਆ ਹਜੇ ਤੱਕ ਜਿਹੜੇ ਸੈਂਟਰਲ ਦੇ ਵੱਲੋਂ ਆ ਰਹੀ ਆ ਉਹ ਇਹੀ ਆ ਕਿ 1 ਜੁਲਾਈ ਤੋਂ 15 ਜੁਲਾਈ ਤੱਕ ਪੇਪਰ ਜਿਹੜੇ ਆ ਲੈਣ ਦੇ ਚਾਂਸਸ ਐ ਪੂਰੇ ਪੂਰੇ 99% ਹੈਗੇ ਆ ਚਾਂਸਸ ਕਿ ਤੁਹਾਡੇ ਪੇਪਰ ਹੋਣਗੇ ਅੰਤਮ ਫੈਸਲਾ ਕੀ ਲੈਂਦੀ ਹੈ ਸਟੇਟ ਗਵਰਨਮੈਂਟ ਹੀ ਲੈਂਦੀ ਹੈ ਕਿਉਂਕਿ ਹਜੇ ਤੱਕ ਦਾ ਅਪਡੇਟ ਇਹੀ ਸੀਗਾ ਕਿ ਕੈਪਟਨ ਸਰਕਾਰ ਇਸ ਫੈਸਲੇ ਦੇ ਨਾਲ ਸਹਿਮਤ ਆ ਕਿ 1 ਜੂਨ ਤੋਂ 15 ਜੂਨ ਤੱਕ 12ਵੀਂ ਕਲਾਸ ਦੇ ਪੇਪਰ ਲਿੱਤੇ ਜਾਣ ਹੁਣ ਉਹ ਡਿਸੀਜਨ ਕੀ ਹੁੰਦਾ ਆ ਇਹ ਕੈਬਿਨੇਟ ਮੀਟਿੰਗ ਦੇ ਉੱਪਰ ਹੀ ਡਿਪੈਂਡ ਕਰਦਾ ਆ ਉੱਥੇ ਪੂਰੀ ਪੂਰੀ ਆਸ ਸੀਗੀ ਕਿ ਇਹ ਡਿਸੀਜਨ ਵੀ ਦਿੱਤਾ ਜਾਏਗਾ ਇਹ ਮੁੱਦਾ ਵੀ ਚੱਕਿਆ ਜਾਊਗਾ ਠੀਕ ਹੈ ਜਿੱਦਾਂ ਹੀ ਮੀਟਿੰਗ ਹੁੰਦੀ ਆ ਆਪਾਂ ਤੁਹਾਨੂੰ ਦੱਸਾਂਗੇ ਚੈਨਲ ਨੂੰ ਜ਼ਰੂਰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਆਪਣੇ ਦੋਸਤਾਂ ਨਾਲ ਤਾਂ ਕਿ ਤਾਂ ਕਿ ਉਹਨਾਂ ਨੂੰ ਵੀ ਟਾਈਮ ਤੇ ਅਪਡੇਟ ਮਿਲਦਾ ਰਹੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਨਵੀਂ ਇਨਫੋਰਮੇਸ਼ਨ ਨਾਲ ਤਾਂ